ਦੋਸਤੋ ਪੰਜਾਬ ਜੀਕੇ ਦੀ ਹੈ ਆਪਣੀ 14ਵੀਂ ਕਲਾਸ ਹੈ ਤੇ ਪਿਛਲੀ ਕਲਾਸ ਵਿੱਚ ਆਪਾਂ ਕੀ ਪੜਾਇ ਸੀ ਸਿੱਖ ਮਿਸਲਾਂ ਜਿਹੜੀ 12 ਮਿਸਲਾਂ ਸੀ ਉਸ ਬਾਰੇ ਪੜਾਇਆ ਸੀ ਜਿਨ੍ਹਾਂ ਵਿੱਚੋਂ ਇੱਕ ਮਿਸਲ ਸੀ ਸ਼ੁਕਰਚੱਕਿਆ ਮਿਸਲ ਜਿਸ ਦਾ ਕੋਣ ਓਨਰ ਕੌਣ ਸੀ ਮਤਲਬ ਕਿ ਰਾਜਾ ਕੌਣ ਸੀ ਮਹਾਰਾਜਾ ਰਣਜੀਤ ਸਿੰਘ ਸੀ ਉਸਨੇ ਸਾਰੀ ਮਿਸਲਾਂ ਤੇ ਜਿੱਤ ਹਾਸਲ ਕਰਕੇ ਸਾਰੀ ਮਿਸਲਾਂ ਦੇ ਰਾਜ ਨੂੰ ਇੱਕ ਰਾਜ ਬਣਾ ਦਿੱਤਾ ਜਿਸ ਦਾ ਨਾਮ ਕੀ ਦਿੱਤਾ ਗਿਆ ਪੰਜਾਬ ਐਨਾ ਵੱਡਾ ਕੰਮ ਕਰਨ ਤੋਂ ਬਾਅਦ ਓਬਵੀਅਸ ਸਭ ਨੂੰ ਮੌਤ ਆਉਣੀ ਹੈ ਡੈਥ ਹੋਣੀ ਹੈ ਸਭ ਦੀ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਵੀ ਡੈਥ ਹੋ ਜਾਂਦੀ ਹੈ ਇਸ ਤੋਂ ਬਾਅਦ ਕੀ ਹੁੰਦਾ ਦੋਸਤੋ ਉਹਨਾਂ ਦੇ ਪੁੱਤਰ ਸੀ ਤੇ ਉਹਨਾਂ ਦੇ ਜਿਹੜੇ ਵੀ ਫੈਮਿਲੀ ਮੈਂਬਰ ਸੀ ਉਹਨਾਂ ਕੋਲੇ ਜਿਹੜਾ ਪੰਜਾਬ ਦਾ ਰਾਜ ਚੱਲਿਆ ਜਾਂਦਾ ਠੀਕ ਹੈ ਇਹ ਇਹਨਾਂ ਦੇ ਪੁੱਤਰਾਂ ਦੇ ਨਾਮ ਨੇ ਖੜਕ ਸਿੰਘ ਛੇੜ ਸਿੰਘ ਤਾਰਾ ਸਿੰਘ ਮੁਲਤਾਨਾ ਸਿੰਘ ਕਸ਼ਮੀਰਾ ਸਿੰਘ ਪਿਸ਼ੋਰਾ ਸਿੰਘ ਦਲੀਪ ਸਿੰਘ ਤੇ ਨੋਨਿਹਾਲ ਤੇ ਇਹਨਾਂ ਵਿੱਚੋਂ ਆਪਾਂ ਮੇਨ ਮੇਨ ਬਾਰੇ ਡਿਸਕਸ ਕਰਾਂਗੇ ਜਿੰਨਾ ਵਿੱਚੋਂ ਐਗਜ਼ਾਮ ਵਿੱਚ ਕੁਐਸਚਨ ਬਣਦੇ ਨੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਮੇਨ ਇਸ ਦਾ ਪੁੱਤਰ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਖੜਕ ਸਿੰਘ ਸੀ ਸਭ ਤੋਂ ਵੱਡਾ ਪੁੱਤਰ ਸੀ ਠੀਕ ਹੈ ਇਸ ਬਾਰੇ ਆਪਾਂ ਮੇਨ ਪੁਆਇੰਟ ਡਿਸਕਸ ਕਰ ਲੀਨੇ ਜਿਹੜੇ ਐਗਜ਼ਾਮ ਵਿੱਚ ਬਣ ਸਕਦੇ ਨੇ ਤਾਂ 1839 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਆ ਜਿਹੜਾ ਉਹ ਪੰਜਾਬ ਦਾ ਰਾਜਾ ਬਣ ਗਿਆ ਠੀਕ ਹੈ ਤੇ ਜਦੋਂ ਇਹ ਪੰਜਾਬ ਦਾ ਰਾਜਾ ਬਣਿਆ ਉਸ ਦਾ ਵੱਡਾ ਪੁੱਤਰ ਤਾਂ ਉਸ ਦਾ ਛੋਟਾ ਭਰਾ ਸੀ ਜਿਹੜਾ ਮਤਲਬ ਕਿ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ ਸ਼ੇਰ ਸਿੰਘ ਸੀ ਜਿਹੜਾ ਤੇ ਇਹ ਕੋਣ ਹੋਇਆ ਇਹ ਖੜਕ ਸਿੰਘ ਦਾ ਛੋਟਾ ਭਰਾ ਹੋਇਆ ਠੀਕ ਹੈ ਇਸ ਨੇ ਇਸ ਦੇ ਅਗੇਂਸਟ ਆਵਾਜ਼ ਚੁੱਕੀ ਮਤਲਬ ਕਿ ਇਸ ਦਾ ਵਿਰੋਧ ਕੀਤਾ ਠੀਕ ਹੈ ਜਿਹੜਾ ਖੜਕ ਸਿੰਘ ਸੀ ਇਹ ਇੱਕ ਕਮਜ਼ੋਰ ਸ਼ਾਸਕ ਸੀ ਉਸ ਨੂੰ ਡਰ ਸੀ ਕਿ ਸ਼ੇਰ ਸਿੰਘ ਕਿਤੇ ਮੇਥੋ ਰਾਜਪਾਟ ਖੋਣਾ ਲਵੇ ਇਸ ਕਰਕੇ ਉਸਨੇ ਆਪਣੇ ਸਾਰੇ ਰਾਜ ਦਾ ਜਿਹੜਾ ਸਾਰਾ ਰਾਜ ਕਿਸਵ ਵਾਲੇ ਕਰ ਦਿੱਤਾ ਚੇਤ ਸਿੰਘ ਇਹ ਚੇਤ ਸਿੰਘ ਕੌਣ ਸੀ ਇਸ ਦੀ ਘਰ ਵਾਲੀ ਦਾ ਰਿਸ਼ਤੇਦਾਰ ਸੀ ਮਤਲਬ ਕਿ ਐਵੇਂ ਜੀ ਹੂ ਲਗਾ ਲਓ ਸਾੜਾ ਲਗਾ ਲਓ ਜਾਂ ਇਸ ਦਾ ਕੋਈ ਵੀ ਹੋਰ ਅਗੇ ਰਿਲੇਟਿਵ ਹੁੰਦਾ ਇਸ ਦੀ ਘਰ ਵਾਲੀ ਦਾ ਹਰਖ ਸਿੰਘ ਦੀ ਘਰ ਵਾਲੀ ਦਾ ਠੀਕ ਹੈ ਇਸ ਤੋਂ ਬਾਅਦ ਕੀ ਹੋਇਆ 1840 ਈਸਵੀ ਵਿੱਚ ਸ਼ੇਰਸਾ ਦੀ ਮੌਤ ਹੋ ਗਈ ਵੀ ਅਚਾਨਕ ਮੌਤ ਹੋ ਗਈ ਪਤਾ ਨਹੀਂ ਸਾਜ਼ਿਦ ਦੇ ਥਰੂ ਮਾਰਤੇ ਇਹ ਡਿਸਕਸ ਨਹੀਂ ਹੈ ਇਸ ਵੀ ਵਿੱਚ ਓਕੇ ਤੇ ਉਸ ਦੀ ਮੌਤ ਤੋਂ ਬਾਅਦ ਕੀ ਕੀਤਾ ਨੌਨਿਹਾਲ ਸੀ ਸ਼ੇਰਸਾ ਦਾ ਸ਼ੇਰ ਸਿੰਘ ਦਾ ਤਾਂ ਦਾ ਲੱਗਿਆ ਨਹੀਂ ਨੌਨਿਹਾਲ ਸੀ ਇੱਕ ਪੁੱਤਰ ਹੋਰ ਸੀ ਇਹ ਆਪਾਂ ਇੱਥੇ ਦੇਖ ਸਕਦੇ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸੀ ਨੌਨਿਹਾਲ ਨਿਚੇਤ ਸਿੰਘ ਨੂੰ ਮਾਰ ਦਿੱਤਾ ਅਤੇ ਖੁਦ ਨਵਾਂ ਰਾਜਾ ਬਣ ਗਿਆ ਠੀਕ ਹੈ ਇਸ ਤੋਂ ਬਾਅਦ ਨੌਨ ਹਾਲ ਬਾਰੇ ਵੀ ਗੱਲ ਕਰ ਲਈ ਨਾ ਕਾਫੀ ਇੰਪੋਰਟੈਂਟ ਹੈ ਹਿਸਟਰੀ ਦੇ ਅਕੋਰਡਿੰਗ ਦੇਖੀਏ ਤਾਂ ਇਗਜ਼ਾਮ ਵਿੱਚ ਕੋ ਪੁਆਇੰਟ ਬਣਦੇ ਨੇ ਪਹਿਲਾ ਪੁਆਇੰਟ ਕੀ ਬਣਦਾ ਹੈ ਪਹਿਲਾ ਕੁਐਸਚਨ ਕੀ ਬਣਦਾ ਨੌਨ ਹਾਲ ਕਿਸ ਦਾ ਪੁੱਤਰ ਸੀ ਤਾਂ ਯਾਦ ਰੱਖਿਓ ਖੜਕ ਸਿੰਘ ਅਤੇ ਚੰਦਕੌਰ ਦਾ ਪੁੱਤਰ ਸੀ ਠੀਕ ਹੈ ਤੇ ਜਦੋਂ ਉਹ ਰਾਜ ਦੇ ਉੱਪਰ ਬੈਠਾ ਉਸ ਦੀ ਉਮਰ ਕਿੰਨੇ ਸਾਲਾਂ ਦੀ ਸੀ ਤਾਂ ਯਾਦ ਰੱਖਿਓ 19 ਸਾਲਾਂ ਦਾ ਸੀ ਜਦੋਂ ਇਹ ਰਾਜਗਦੀ ਉੱਪਰ ਬੈਠਿਆ ਸੀ ਇਹ ਇੱਕ ਯੋਗ ਸ਼ਾਸਕ ਸੀ ਮਤਲਬ ਕਿ ਵਧੀਆ ਕੰਮ ਕੀਤਾ ਸੀ ਇਸ ਨੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿੱਚ ਸੁਧਾਰ ਕੀਤਾ ਸੀ ਠੀਕ ਹੈ ਤੇ ਜਲਦੀ ਹੀ ਇਸ ਦੀ ਵੀ ਡੈਥ ਹੋ ਜਾਂਦੀ ਹੈ ਮਤਲਬ 5 ਨਵੰਬਰ 1940 ਈਸਵੀ ਵਿੱਚ ਡੈਥ ਹੋ ਜਾਂਦੀ ਹੈ ਤੇ ਕੁਝ ਸਾਲਾਂ ਤੱਕ ਜਦੋਂ ਤੱਕ ਪੰਜਾਬ ਦਾ ਕੋਈ ਰਾਜਾ ਨਹੀਂ ਬਣਦਾ ਤਾਂ ਇਸ ਦੀ ਮਾ ਚੰਦ ਕੋਰ ਜਿਹੜਾ ਸਾਰਾ ਰਾਜਪਾਠ ਸੰਭਾਲਦੀ ਹੈ ਇਸ ਤੋਂ ਬਾਅਦ ਸੰਭਾਲਣ ਤੋਂ ਬਾਅਦ ਸ਼ੇਰ ਸਿੰਘ ਦਾ ਨੰਬਰ ਆ ਜਾਂਦਾ ਹੈ ਇਹ ਖੜਕ ਉਹ ਪੰਜਾਬ ਦਾ ਰਾਜਾ ਬਣਦਾ ਹੈ ਤੇ ਇਹ ਵੀ ਕੋਣ ਸੀ ਖੜਕ ਸਿੰਘ ਅਤੇ ਚੰਦਕੋਟ ਦਾ ਇੱਕ ਹੋਰ ਪੁੱਤਰ ਸੀ ਛੇੜਸਾ ਸੇਰ ਸਿੰਘ ਸੋਰੀ ਸੇੜ ਸਿੰਘ ਰਾਜਾ ਬਣਿਆ ਕਦੋਂ ਬਣਿਆ ਸੀ ਇਹ 20 ਜਨਵਰੀ 1841 ਈਸਵੀ ਵਿੱਚ ਇਹ ਪੰਜਾਬ ਦਾ ਰਾਜ ਦਾ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਅਤੇ ਕਦੋਂ ਤੱਕ ਰਹਿੰਦਾ ਇਹ 15 ਸਤੰਬਰ 1873 ਈਸਵੀ ਵਿੱਚ ਇਸ ਦੀ ਮੌਤ ਹੋ ਜਾਂਦੀ ਹੈ ਮੌਤ ਕੌਣ ਕਰਦਾ ਅਜੀਤ ਸਿੰਘ ਹੁੰਦਾ ਜੋ ਕੀ ਰਾਜਪਾਠ ਹੋਣਾ ਚਾਹੁੰਦਾ ਹੈ ਮਤਲਬ ਇਹ ਪੰਜਾਬ ਦਾ ਰਾਜਾ ਬਣਾਉਣਾ ਚਾਹੁੰਦਾ ਉਹ ਕੀ ਹੈ ਗੋਲੀ ਮਾਰ ਕੇ ਸ਼ੇਰ ਸਿੰਘ ਦੀ ਮ੍ਰਿਤੂ ਯਾਨੀ ਡੈਥ ਕਰ ਦਿੰਦਾ ਠੀਕ ਹੈ ਬਟ ਉਸ ਨੂੰ ਮਿਲਦਾ ਕੁਝ ਨਹੀਂ ਅਜੀਤ ਸਿੰਘ ਬਾਅਦ ਵਿੱਚ ਫੜਿਆ ਜਾਂਦਾ ਤੇ ਅਜੀਤ ਸਿੰਘ ਦੀ ਅਜੀਤ ਸਿੰਘ ਦੇ ਵੀ ਕਤਲ ਕਰ ਦਿੱਤਾ ਜਾਂਦਾ ਤੇ ਹੁਣ ਸਾਰਾ ਰਾਜਪਾਠ ਕਿਹਦੇ ਕੋਲ ਆ ਜਾਂਦਾ ਦਲੀਪ ਸਿੰਘ ਜੋ ਕਿ ਆਖਰੀ ਰਾਜਾ ਸੀ ਤੇ ਇਹ ਕੌਣ ਸੀ ਇਹ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ ਦੇਖੋ ਉੱਪਰ ਤਾਂ ਕੀ ਗੱਲ ਹੋ ਰਹੀ ਸੀ ਮਹ ਮਹਾਰਾਜ ਰਣਜੀਤ ਸਿੰਘ ਦਾ ਪੁੱਤਰ ਖੜਕ ਸਿੰਘ ਸੀ ਤੇ ਉਸਦੇ ਪੁੱਤਰਾਂ ਦੀ ਗੱਲ ਹੋ ਰਹੀ ਸੀ ਠੀਕ ਹੈ ਇੱਥੇ ਹੁਣ ਗੱਲ ਹੋ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ ਕੋਣ ਸੀ ਦਲੀਪ ਸਿੰਘ ਉਸਨੇ 1843 ਈਸਵੀ ਤੋਂ ਲੈ ਕੇ 1846 ਈਸਵੀ ਤੱਕ ਪੰਜਾਬ ਦਾ ਰਾਜਾ ਬਣ ਕੇ ਰਿਹਾ ਇਸ ਤੋਂ ਬਾਅਦ ਦੋ ਐਂਗਲੋ ਸਿੱਖ ਯੁੱਧ ਹੋਏ ਅਤੇ ਉਹਨਾਂ ਵਿੱਚ ਕਾਫੀ ਲੜਾਈ ਹੋਈ ਦੋ ਸਿੰਘ ਐਂਗਲੋ ਸਿੱਖ ਯੁੱਧ ਸੀ ਜਿਹੜੇ ਇਹਨਾਂ ਵਿੱਚ ਕਾਫੀ ਲੜਾਈਆਂ ਲੜੀ ਗਈਆਂ ਪੰਜਾਬ ਸਿੱਖ ਕੋ ਸਿੱਖ ਫੌਜਾਂ ਅਤੇ ਅੰਗਰੇਜ਼ੀ ਫੌਜਾਂ ਦੇ ਵਿਚਕਾਰ ਤੇ ਜਿਸ ਕਾਰਨ ਇਹ ਲੜਾਈ ਹੈ ਸਿੱਖ ਯਾਨੀ ਮਹਾਰਾਜਾ ਰਣਜੀਤ ਸਿੰਘ ਦੇ ਵੰਸਜ ਹਾਰ ਜਾਂਦੇ ਨੇ ਤੇ ਵਰਤਾਨੀ ਵਰਤਾਨਵੀ ਸਮਰਾਜ ਯਾਨੀ ਅੰਗਰੇਜ਼ੀ ਸਮਰਾਜ ਦਾ ਕਬਜ਼ਾ ਹੋ ਜਾਂਦਾ ਕਿ ਪੰਜਾਬ ਤੇ ਕਬਜ਼ਾ ਹੋ ਜਾਂਦਾ ਤੇ ਹੁਣ ਆਪਾਂ ਜਲਦੀ ਨਾਲ ਡਿਸਕਸ ਕਰ ਲਈਏ ਪਹਿਲੇ ਐਂਗਲੋ ਸਿੱਖ ਯੁੱਧ ਯਾ ਮੇਨ ਮੇਨ ਲੜਾਈਆਂ ਸੀ ਕਿਹੜੀਆਂ ਸੀ ਜਿਹੜੇ ਕਿ ਐਗਜ਼ਾਮ ਵਿੱਚ ਡਾਇਰੈਕਟਲੀ ਪੁੱਛੀਆਂ ਜਾਂਦੀਆਂ ਨੇ ਇੱਕ ਗੱਲ ਹੋਰ ਦੋਸਤੋ ਜੇ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਦਿਆ ਕਰੋ ਤਾਂ ਕਿ ਮੈਂ ਵੀ ਮੋਟੀਵੇਟ ਰਹਾਂ ਮੈਂ ਐਂਡ ਜਲਦੀ ਤੋਂ ਜਲਦੀ ਤੁਹਾਨੂੰ ਨਵੀਂ-ਨਵੀਂ ਵੀਡੀਓਜ਼ ਪ੍ਰੋਵਾਈਡ ਕਰਾਵਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਐਂਡ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਲਿਆ ਕਰੋ ਐਂਡ ਜੇ ਹਾਲੇ ਤੱਕ ਸਾਡਾ WhatsApp ਗਰੁੱਪ ਨਹੀਂ ਜੁਆਇਨ ਕੀਤਾ ਤਾਂ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਦੇ ਦਿੱਤਾ ਉੱਥੇ ਜਾ ਕੇ WhatsApp ਗਰੁੱਪ ਵੀ ਜੁਆਇਨ ਕਰ ਲਓ ਜਿਸ ਵਿੱਚ ਤੁਹਾਨੂੰ ਐਗਜ਼ਾਮ ਰਿਲੇਟਡ ਸਾਰੀ ਇਨਫਰਮੇਸ਼ਨ ਮਿਲਦੀ ਰਹੇਗੀ ਓਕੇ ਤੇ ਪਹਿਲੇ ਐਂਗਲੋ ਸਿਕ ਯੁੱਧ ਦੀ ਗੱਲ ਕਰੀਏ ਤੇ ਪਹਿਲਾ ਐਂਗਲੋ ਸਿਕ ਲੜਾਈ ਕਦੋਂ ਤੋਂ ਕਦੋਂ ਵਿਚਕਾਰ ਹੋਈ ਸੀ 1845 ਤੋਂ ਲੈ ਕੇ 1846 ਈਸਵੀ ਦੇ ਵਿਚਕਾਰ ਜਿਹੜੀ ਇਹ ਲੜਾਈ ਹੋਈਆਂ ਸੀ ਠੀਕ ਹੈ ਇਹ ਇੱਕ ਲੜਾਈ ਨਹੀਂ ਹੈ ਦੋਸਤੋ ਐਂਗਲੋ ਸਿਕ ਲੜਾਈ ਇੱਕ ਲੜਾਈ ਨਹੀਂ ਹੈ ਇਸ ਵਿੱਚ ਪੰਜ ਲੜਾਈਆਂ ਹੋਈਆਂ ਸੀ ਤੇ ਇਸ ਦਾ ਦੌਰਾਨ ਕਿਸ ਟਾਈਮ ਦਾ ਟਾਈਮ ਪੀਰੀਅਡ ਜਿਹੜੇ ਇਸ 1845 ਤੋਂ ਲੈ ਕੇ 1846 एग्जाम ਵਿੱਚ ਪੁੱਛਿਆ ਜਾਂਦਾ ਹੈ ਕਾਫੀ ਵਾਰ ਇਹ ਕਿ ਪਹਿਲਾ ਐਂਗਲੋ ਸਿਕ ਯੁੱਧ ਕਦੋਂ ਤੋਂ ਕਦੋਂ ਤੱਕ ਹੋਇਆ ਸੀ ਤਾਂ 1845 ਤੋਂ ਲੈ ਕੇ 1846 ਇਸ ਵੀ ਤੱਕ ਯਾਦ ਰੱਖਿਓ ਕਿੰਨਾ ਵਿਚਕਾਰ ਹੋਇਆ ਸੀ ਅੰਗਰੇਜ਼ੀ ਫੌਜ ਯਾਨੀ ਬ੍ਰਿਟਾਨਵੀ ਫੌਜ ਅਤੇ ਮਹਾਰਾਜਾ ਦਲੀਪ ਸਿੰਘ ਯਾਨੀ ਸਿੱਖ ਕੌਮ ਦੀਆਂ ਫੌਜਾਂ ਦੇ ਵਿਚਕਾਰ ਹੋਇਆ ਸੀ ਠੀਕ ਹੈ ਤੇ ਇਸ ਸਮੇਂ ਜਦੋਂ ਇਹ ਐਂਗਲੋ ਸਿੱਖ ਪਹਿਲੀ ਲੜਾਈ ਹੋਈ ਸੀ ਤਾਂ ਅਗਵਾਈ ਕੌਣ ਕਰ ਰਹੀ ਸੀ ਮਹਾਰਾਣੀ ਜਿੰਦਾ ਕੌਰ ਕਰ ਰਹੀ ਸੀ ਅਤੇ ਭਾਰਤ ਦੇ ਪਹਿਲੇ ਗਵਰਨਰ ਵੀ ਨਿਯੁਕਤ ਹੋ ਗਏ ਸੀ ਜਿਹੜਾ ਲਾਰਡ ਹਾਰਡਿੰਸ ਯਾਦ ਰੱਖੋ एग्जाम ਵਿੱਚ ਪੁੱਛਿਆ ਜਾਂਦਾ ਹੈ ਕਿ ਭਾਰਤ ਦਾ ਪਹਿਲਾ ਗਵਰਨਰ ਕੌਣ ਸੀ ਲਾਰਡ ਹਾਰਡਿੰਗ ਸੀ ਠੀਕ ਹੈ ਤੇ ਹੁਣ ਪਹਿਲੇ ਜਿਹੜੇ ਐਂਗਲੋ ਸਿਕ ਦੀ ਲੜਾਈ ਹੋਈ ਸੀ ਪਹਿਲੀ ਲੜਾਈ ਹੋਈ ਸੀ ਉਸ ਵਿੱਚ ਕਿਹੜੀਆਂ-ਕਿਹੜੀਆਂ ਮੇਨ ਲੜਾਈਆਂ ਸੀ ਸਭ ਤੋਂ ਪਹਿਲੀ ਸੀ ਜਿਹੜੀ ਮੇਨ ਸੀ ਮੋਤਕੇ ਦੀ ਲੜਾਈ ਜੋ ਕਦੋਂ ਹੋਈ ਸੀ 18 ਦਸੰਬਰ 1845 ਈਸਵੀ ਵਿੱਚ ਹੋਈ ਸੀ एग्जाम ਵਿੱਚ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਮੋਤਕੇ ਦੀ ਲੜਾਈ ਕਦੋਂ ਹੋਈ ਸੀ ਪੱਕਾ ਇੱਕ ਇਸ ਤਰ੍ਹਾਂ ਦੇ ਕੁਐਸਚਨ ਆਉਂਦੇ ਨੇ ਤਾਂ ਯਾਦ ਰੱਖੋ 18 ਦਸੰਬਰ 1845 ਇਸ ਵੀ ਵਿੱਚ ਹੋਈ ਸੀ ਐਂਡ ਇਸ ਦੇ ਇਸ ਵਿੱਚ ਕੀ ਸੀ ਜਿਹੜੀ ਸਿੱਖ ਕੋ ਸਿੱਖ ਫੌਜ ਸੀ ਉਸ ਦੇ ਅਗਵਾਈ ਕੌਣ ਕਰ ਰਿਹਾ ਸੀ ਲਾਲ ਸਿੰਘ ਕਰ ਰਿਹਾ ਸੀ ਠੀਕ ਹੈ ਤੇ ਇਹ ਲੜਾਈ ਕਈ ਵਾਰ ਇਗਜ਼ਾਮ ਵਿੱਚ ਇਹ ਪੁਆਇੰਟ ਵੀ ਪੁੱਛਿਆ ਜਾਂਦਾ ਹੈ ਕਿ ਜਿਹੜੀ ਪਹਿਲੀ ਐਂਗਲੋ ਸਿੱਖ ਯੁੱਧ ਸੀ ਉਹ ਕਿਹੜੀ ਨਦੀ ਦੇ ਕੰਡੇ ਉੱਪਰ ਹੋਈ ਸੀ ਤਾਂ ਤੁਸੀਂ ਇਹ ਵੀ ਯਾਦ ਰੱਖੋ ਕਿ ਸਾਰੀਆਂ ਹੀ ਲੜਾਈਆਂ ਸਤਲੁਜ ਰਿਵਰ ਉੱਪਰ ਹੋਈਆਂ ਸੀ ਇੱਕ ਅੱਧੀ ਲੜਾਈਆਂ ਜਿਹੜੀ ਜਿਆਦਾ ਇੰਪੋਰਟੈਂਟ ਨਹੀਂ ਆ ਉਹ ਪੰਜਾਬ ਦੇ ਅੰਦਰ ਵੀ ਹੋਈਆਂ ਵਸੇ ਠੀਕ ਹੈ ਤਾਂ ਸਤਲੁਜ ਦੇ ਕੰਡੇ ਤੇ ਉਹ ਪੁੱਛ ਸਿੱਖ ਕੌਮ ਲਾਲ ਸਿੰਘ ਦੀ ਅਗਵਾਈ ਵਿੱਚ ਟਿੱਚ ਤੇ ਉਧਰੋਂ ਕੋਣ ਸੀ ਬ੍ਰਿਟਾਨਵੀ ਅੰਗਰੇਜ਼ੀ ਫੌਜ ਵਿੱਚ ਕਰ ਲੜਾਈ ਹੁੰਦੀ ਹੈ ਸਤਲੁਜ ਦੇ ਕੰਡੇ ਤੇ ਤੇ ਬ੍ਰਿਟਾਨਵੀ ਫੌਜ ਦਾ ਜਿਹੜੀ ਅਗਵਾਈ ਕੋਣ ਕਰ ਰਿਹਾ ਸੀ ਐਗਜ਼ਾਮ ਵਿੱਚ ਇਹ ਪੁਆਇੰਟ ਵੀ ਬਹੁਤ ਵਾਰ ਪੁੱਛਿਆ ਗਿਆ ਦੋਸਤੋ ਕਾਫੀ ਇੰਪੋਰਟੈਂਟ ਹੈ ਜਿਹੜੀ ਅੰਗਰੇਜ਼ੀ ਫੌਜ ਦਾ ਦੀ ਅਗਵਾਈ ਕੋਣ ਕਰ ਰਿਹਾ ਸੀ ਸਰ ਹਿਊ ਗੋਹ ਨਾਮਕ ਇਹਨਾਂ ਦਾ ਗੋ ਸੀ ਕਮਾਂਡਰ ਸੀ ਜੋ ਇਸ ਦੀ ਅਗਵਾਈ ਕਰ ਰਿਹਾ ਸੀ ਤੇ ਇਸ ਲੜਾਈ ਦਾ ਐਂਡ ਕੀ ਹੁੰਦਾ ਸਿੱਖ ਫੌਜ ਆ ਜਿਹੜੇ ਮੁਦਕੀ ਦੀ ਲੜਾਈ ਹਾਰ ਜਾਂਦੀ ਹੈ ਉਹਦੇ ਦੋਸਤੋਂ ਇਗਜ਼ਾਮ ਵਿੱਚ ਇਹ ਕبھی ਕبھی ਕਦੇ ਕਦੇ ਪੁਆਇੰਟ ਪੁੱਛ ਲਿਆ ਜਾਂਦਾ ਹੈ ਕਿ ਜਿਹੜੀ ਐਂਗਲੋ ਸਿੱਖ ਯੁੱਧ ਹੋਇਆ ਸੀ ਉਸ ਵਿੱਚ ਮੁਦਕੀ ਦੀ ਲੜਾਈ ਹੋਈ ਹੈ ਨਾ ਉਸ ਵਿੱਚੋਂ ਕੌਣ ਜਿੱਤਿਆ ਸੀ ਅੰਗਰੇਜ਼ੀ ਫੌਜ ਜਾਂ ਸਿੱਖ ਫੌਜ ਤਾਂ ਪਹਿਲੀ ਲੜਾਈ ਇਹ ਹਾਰ ਜਾਂਦੀ ਹੈ ਸਿੱਖ ਫੌਜ ਇਸ ਤੋਂ ਬਾਅਦ ਸੈਕੰਡ ਲੜਾਈ ਹੁੰਦੀ ਹੈ ਦੋਸਤੋਂ ਫੋ ਸ਼ਹਿਰ ਦੀ ਲੜਾਈ 2 ਜੰembre 1845 ਇਸ ਵੀ ਨੂੰ ਇਹ ਲੜਾਈ ਹੁੰਦੀ ਹੈ ਇਹ ਡੇਟ ਯਾਦ ਰੱਖਿਓ ਇਗਜ਼ਾਮ ਵਿੱਚ ਕਈ ਵਾਰ ਪੁੱਛ ਲਈ ਜਾਂਦੀ ਹੈ ਤੇ ਕਿਹਨਾਂ ਵਿਚਕਾਰ ਹੋਈ ਸੀ ਸਿੱਖ ਫੌਜ ਅਤੇ ਅੰਗਰੇਜ਼ੀ ਫੌਜ ਵਿਚਕਾਰ ਹੋਈ ਸੀ ਇੱਥੇ ਬ੍ਰਿਟਾਨਵੀ ਅਤੇ ਅੰਗਰੇਜ਼ੀ ਸੇਮ ਹੀ ਚੀਜ਼ ਹੈ ਉਸ ਟਾਈਮ ਇਹਨਾਂ ਨੂੰ ਬ੍ਰਿਟਾਨਵੀ ਕਿਹਾ ਜਾਂਦਾ ਸੀ ਅੱਜ ਦੇ ਟਾਈਮ ਆਪਾਂ ਇਹਨੂੰ ਅੰਗਰੇਜ਼ ਸਰਕਾਰ ਜਾਂ ਅੰਗਰੇਜ਼ਾਂ ਦਾ ਅਧਿਕਾਰ ਕਹਿੰਦੇ ਨੇ ਓਕੇ ਤੇ ਵਿਚਕਾਰ ਹੋਈ ਸੀ ਤੇ ਸਿੱਖ ਸਿੱਖ ਸੈਨਾ ਦੀ ਜਿਹੜੀ ਅਗਵਾਈ ਸੀ ਉਹ ਲਾਲ ਸਿੰਘ ਕਰ ਰਿਹਾ ਸੀ ਲਾਲ ਸਿੰਘ ਤੇ ਤੇਜ ਸਿੰਘ ਇਹ ਦੋ ਸੈਨਾਪਤੀ ਸੀ ਉਹ ਕਰ ਰਹੇ ਸੀ ਠੀਕ ਹੈ ਤੇ ਬਰਤਾਨਵੀ ਦਾ ਜਿਹੜਾ ਉਹ ਸੀ ਪਗਵਾਈ ਕੌਣ ਕਰ ਰਿਹਾ ਸੀ ਕਿਹੜਾ ਕਮਾਂਡਰ ਕਰ ਰਿਹਾ ਸੀ ਉਹ ਸਰ ਹਿਊਂਗੋ ਹੀ ਕਰ ਰਹੇ ਸੀ ਜਿਨ੍ਹਾਂ ਨੇ ਪਹਿਲੇ ਲੜਾਈ ਵਿੱਚ ਵੀ ਕੀਤੀ ਸੀ ਇਸ ਲੜਾਈ ਵਿੱਚ ਫਿਰ ਸਿੱਖ ਕੌਮ ਦੀ ਹਾਰ ਹੋ ਜਾਂਦੀ ਸੀ ਇੱਕ ਫੌਜ ਦੀ ਹਾਰ ਹੋ ਜਾਂਦੀ ਸੀ ਸੌਰੀ ਇੱਥੇ ਥੋੜਾ ਜਿਹਾ ਮਿਸਟੇਕ ਹੋ ਜਾਂਦਾ ਜਿਹੜਾ ਕੀ ਹੈ ਪੰਜਾਬ ਦਾ ਪੰਜਾਬ ਤੇ ਰਾਜ ਸੀ ਸਿਕੰਦਰ ਰਾਜ ਸੀ ਤੇ ਸਿੱਖਾਂ ਦੀ ਫੌਜ ਸੀ ਤੇ ਉਸ ਵਿੱਚ ਇਹ ਸੈਕੰਡ ਹੈਗੜਾਈ ਹਾਰ ਜਾਂਦੇ ਨੇ ਇਸ ਤੋਂ ਬਾਅਦ ਤਿੰਨ ਗੱਲ ਪੁਆਇੰਟ ਨੰਬਰ 3 ਦੀ ਗੱਲ ਕਰੀਏ ਵੱਧੋਵਾਲ ਦੀ ਲੜਾਈ ਠੀਕ ਆ ਵੱਧੋਵਾਲ ਦੀ ਲੜਾਈ ਕਦੋਂ ਹੋਈ 21 ਜਨਵਰੀ 1846 ਈਸਵੀ ਵਿੱਚ ਹੋਈ ਤੇ ਇਸ ਨੂੰ ਕਿਹਨੇ ਅਗਵਾਈ ਕੀਤੀ ਇਸ ਇਸ ਵਾਰ ਇਸ ਫੌਜ ਦੀ ਸਿੱਖਾਂ ਦੀ ਫੌਜ ਦੀ ਕਿਸ ਨੇ ਅਗਵਾਈ ਕੀਤੀ ਰਣਜੋਤ ਸਿੰਘ ਮਨਜੀਠੀਆ ਨੇ ਕੀਤੀ ਇਸ ਕੋਲ ਕਾਫੀ ਵਧੀਆ ਯੁੱਧ ਨੀਤੀ ਸੀ ਤਾਂ ਕਰਕੇ ਇਸ ਨੂੰ ਪੁਆਇੰਟ ਕੀਤਾ ਗਿਆ ਐਜ਼ ਏ ਸਿੱਖ ਕਮਾਂਡਰ ਠੀਕ ਹੈ ਸਿੱਖ ਫੌਜ ਕਮਾਂਡਰ ਤਾਂ ਉਧਰੋਂ ਕੋਣ ਸੀ 92 ਦਾ ਜਿਹੜਾ ਕਮਾਂਡਰ ਸੀ 92 ਫੌਜ ਦਾ ਕਮਾਂਡਰ ਸੀ ਹੈਨਰੀ ਸਮਿਥ ਸੀ ਠੀਕ ਹੈ ਇਸ ਲੜਾਈ ਵਿੱਚ ਸਿੱਖ ਫੌਜ ਸੀ ਜਿਹੜੀ ਉਹ ਜਿੱਤ ਜਾਂਦੀ ਹੈ ਇਹ ਲੜਾਈ ਜਿੱਤ ਜਾਂਦੀ ਹੈ 21 ਜਨਵਰੀ ਦੀ ਲੜਾਈ ਹੁੰਦੀ ਹੈ ਇਸ ਤੋਂ ਬਾਅਦ 21 ਜਨਵਰੀ ਤੋਂ ਬਾਅਦ ਕੀ ਹੈ ਹਲੇ ਸਿੱਖ ਫੌਜ ਜਾ ਹੀ ਰਹੀ ਹੁੰਦੀ ਹੈ ਮਤਲਬ ਕਿ ਯੁੱਧ ਜਿੱਤ ਕੇ ਵਾਪਸ ਤੁਰੋਂ ਪਤਾ ਲੜਾਈ ਹੁੰਦੀ ਹੈ ਤਾਂ ਥੋੜਾ ਜਿਹਾ ਵੀਕਨੈਸ ਹੋ ਹੀ ਜਾਂਦੀ ਹੈ ਨਾ ਵੀ ਜਿੱਥੇ ਜਿੱਤ ਗਿਆ ਆਪਾਂ ਇਹ ਹੋ ਗਿਆ ਤਾਂ ਇਸ ਦਾ ਫਾਇਦਾ ਉਠਾਉਂਦੇ ਹੋਏ ਅਲੀਵਾਲ ਦੀ ਥਾਂ ਤੇ ਦੁਬਾਰੇ ਫੇਰ ਇਹਨਾਂ ਨੂੰ ਘੇਰ ਲਿਆ ਗਿਆ ਸਿੱਖ ਫੌਜ ਨੂੰ ਘੇਰ ਲਿਆ ਗਿਆ ਜਿਸ ਨੂੰ ਅਲੀਵਾਲ ਦੀ ਲੜਾਈ ਅਲੀਵਾਲ ਦੀ ਲੜਾਈ ਕਿਹਾ ਜਾਂਦਾ ਇਹ ਕਦੋਂ ਦੇਖੋ ਉਹ ਤਾਂ ਹੋਈ ਸੀ 21 ਜਨਵਰੀ ਨੂੰ ਹੁਣ ਸਿੱਖ ਦੀ ਫੌਜ ਸੀ ਜਿਹੜੀ ਵਾਪਸ ਕੇ ਪਰਤ ਰਹੀ ਸੀ ਤਾਂ ਰਸਤੇ ਵਿੱਚ ਹੀ 28 ਜਨਵਰੀ ਨੂੰ 1846 ਈਸਵੀ ਵਿੱਚ ਬਦੋਵਾਲ ਨਾਮ ਦੀ ਜਗ੍ਹਾ ਤੇ ਘੇਰ ਲਿਆ ਜਾਂਦਾ ਇੱਥੇ ਕੀ ਹੋਇਆ ਜਿਹੜਾ ਇਹ ਸੀ ਤੰਨਾ ਦਾ ਅੰਗਰੇਜ਼ੀ ਸੈਨਾਪਤੀ ਸੀ ਜਿਹੜਾ ਹੈਨਰੀ ਸਮਿਥ ਇਹ ਹੋਰ ਸੈਨਿਕ ਬੁਲਾ ਲੈਂਦਾ ਠੀਕ ਹੈ 21 ਜਨਵਰੀ ਤੋਂ ਬਾਅਦ ਇਹ ਹੈਨਰੀ ਸਮਿਥ 28 ਜਨਵਰੀ ਨੂੰ ਹੋਰ ਸੈਨਿਕ ਬੁਲਾ ਲੈਂਦਾ ਤੇ ਰਣਜੋਤ ਸਿੰਘ ਤੇ ਹਮਲਾ ਕਰ ਦਿੰਦਾ ਹੁਣ ਕੀ ਹੋਵੇਗਾ ਤੁਹਾਨੂੰ ਪਤਾ ਅੰਦਾਜ਼ਾ ਸਿੱਖ ਫੌਜ ਜਿਹੜੀ ਫਿਰ ਲੜਾਈ ਇਹ ਹਾਰ ਜਾਂਦੀ ਹੈ ਓਕੇ ਇਸ ਤੋਂ ਬਾਅਦ ਪੁਆਇੰਟ ਨੰਬਰ 5 ਦੀ ਗੱਲ ਕਰੀਏ ਸਫਰਾਉ ਦੀ ਲੜਾਈ ਇਹ ਕਾਫੀ ਇੰਪੋਰਟੈਂਟ ਹੈ ਇਹ ਐਂਗਲੋ ਸਿੱਖ ਯੁੱਧ ਦੀ ਸੈਕੰਡ ਲੜਾ ਲਾਸਟ ਲੜਾਈ ਹੈ ਸੋਰੀ ਤੇ ਇਗਜ਼ਾਮ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਐਂਗਲੋ ਸਿੱਖ ਪਹਿਲੇ ਇੰਗਲਿਸ਼ ਸਿੱਖ ਯੁੱਧ ਦੀ ਜਿਹੜੀ ਲਾਸਟ ਆਖਰੀ ਲੜਾਈ ਸੀ ਉਹ ਕਿੱਥੇ ਹੋਈ ਸੀ ਜਾਂ ਕਿਹੜੀ ਸੀ ਤਾਂ ਸਭਰਾਉ ਦੀ ਲੜਾਈ ਤੁਸੀਂ ਯਾਦ ਰੱਖੋ ਇਹ ਕਦੋਂ ਹੋਈ ਸੀ 10 ਫਰਵਰੀ 1846 ਦੇ ਵਿੱਚ ਹੋਈ ਸੀ ਐਂਡ ਸਤਲੁਜ ਦਰਿਆ ਦੇ ਕੰਡੇ ਤੇ ਹੋਈ ਸੀ ਠੀਕ ਹੈ ਇਹ ਆਖਰੀ ਲੜਾਈ ਸੀ ਜਿੰਨੇ ਕਿ ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤੀ ਹੈ ਇਹ ਗੱਲ ਤੇ ਇਸ ਵਿੱਚ ਕੀ ਹੋਇਆ ਸੀ 3125 ਸਿੱਖ ਮਾਰੇ ਜਾਂਦੇ ਨੇ ਅਤੇ ਜਿਹੜੀ ਸਿੱਖ ਫੌਜ ਆ ਉਹ ਹਾਰ ਜਾਂਦੀ ਹੈ ਹੁਣ ਮੇਨ ਗੱਲ ਕਰੀਏ ਮਤਲਬ ਕਿ ਲਾਸਟ ਵਿੱਚ ਕੀ ਹੋਇਆ ਇਸ ਦਾ ਐਂਗਲੋ ਸਿੱਖ ਲੜਾਈ ਵਿੱਚ ਆਖਰੀ ਲੜਾਈ ਤੋਂ ਬਾਅਦ ਬਰਤਾਨਵੀ ਸਰਕਾਰ ਜਰਨਲ ਲਾਰਡ ਹਾਰਡਿੰਗ ਸੀ ਜਿਹੜਾ ਉਸਨੇ ਮਹਾਰਾਜਾ ਰਣਜੀਤ ਸਿੰਘ ਤਾਂ ਸੌਰੀ ਮਹਾਰਾਜਾ ਦਲੀਪ ਸਿੰਘ ਨਾਲ ਲਾਹੌਰ ਦੇ ਸਿੰਧ ਦੇ ਕਿਤੇ ਐਗਜ਼ਾਮ ਵਿੱਚ ਦੋਸਤੋ ਬਹੁਤ ਬਾਰ ਇਹ ਕੁਐਸਚਨ ਰਿਪੀਟ ਹੋਇਆ ਇਹ ਲਾਹੌਰ ਦੀ ਸੰਧੀ ਕਿੰਨਾ ਤੇ ਕਿੰਨਾ ਵਿਚਕਾਰ ਹੋਈ ਯਾਦ ਰੱਖਿਓ ਮਹਾਰਾਜਾ ਦਲੀਪ ਸਿੰਘ ਤੇ ਲਾਰਡ ਹੌਡਿੰਗ ਦੇ ਵਿਚਕਾਰ ਹੋਈ ਸੀ ਤੇ ਕਦੋਂ ਹੋਈ ਸੀ ਇਹ 9 ਮਾਰਚ 1846 ਈਸਵੀ ਵਿੱਚ ਹੋਈ ਸੀ ਇਹ ਪੁਆਇੰਟ ਯਾਦ ਰੱਖਿਓ ਦੋਨੇ ਕਾਫੀ ਇੰਪੋਰਟੈਂਟ ਨੇ ਲਾਹੌਰ ਦੀ ਸੰਧੀ ਤੋਂ ਬਾਅਦ 16 ਦਸੰਬਰ 1846 ਈਸਵੀ ਵਿੱਚ ਇੱਕ ਹੋਰ ਸੰਧੀ ਹੋਈ ਸੀ ਜਿਸ ਨੂੰ ਆਪਾਂ ਪੈਰੋਵਾਲ ਸੰਧੀ ਦੇ ਨਾਮ ਨਾਲ ਜਾਣਦੇ ਆ ਇਹ ਵੀ ਕਾਫੀ ਇੰਪੋਰਟੈਂਟ ਹੈ ਦੋਨੇ ਹੀ ਸੰਧੀਆਂ ਇਗਜ਼ਾਮ ਵਿੱਚ ਪੁੱਛ ਜਾਂਦੀ ਹੈ ਤੁਹਾਨੂੰ ਇਸ ਦੀ ਡੇਟ ਯਾਦ ਰੱਖਣੀ ਹੈ ਅਤੇ ਕਿਹਦੇ ਕਿਹਦੇ ਵਿਚਕਾਰ ਹੋਈ ਸੀ ਠੀਕ ਹੈ ਇਹ ਵੀ ਸੰਧੀ ਕਿਹਦੇ ਵਿਚਕਾਰ ਹੋਈ ਸੀ ਦਲੀਪ ਸਿੰਘ ਅਤੇ ਲਾਰਡ ਹਾਰਡਿੰਗ ਦੇ ਵਿਚਕਾਰ ਹੀ ਹੋਈ ਸੀ ਪੈਰੋਵਾਲ ਦੀ ਸੰਧੀ ਅਤੇ ਲਾਹੌਰ ਦੀ ਸੰਧੀ ਦੋਵੇਂ ਇਹ ਸੰਧੀਆਂ ਓਕੇ ਤੇ ਜਦੋਂ ਇਹ ਸੰਧੀ ਹੋਈ ਪੈਰੋਵਾਲ ਦੀ ਸੰਧੀ ਹੁਣ ਮਾਰਾ ਦਾ ਦਲੀਪ ਸਿੰਘ ਦੀ ਏਜ ਛੋਟੀ ਸੀ ਤੇ ਅੰਗਰੇਜ਼ਾਂ ਨੇ ਕੀ ਦਿਮਾਗ ਚਲਾਇਆ ਤੇ ਕਿਹਾ ਕਿ ਜਦੋਂ ਤੱਕ ਬਾਲਗ ਨਹੀਂ ਹੋ ਜਾਂਦੇ ਤਾਂ ਇਸ ਏਰੀਏ ਤੇ ਸਾਡਾ ਕਬਜ਼ਾ ਰਹੇਗਾ ਤੇ ਉਸ ਏਰੀਆ ਵਿੱਚ ਉਸ ਦੇ ਐਜ਼ ਅ ਕੇਅਰ ਟੇਕਰ ਸਰ ਹੈਨਰੀ ਲੋਰੈਂਸ ਨਾ ਦਾ ਇੱਕ ਵਿਅਕਤੀ ਹੈ ਉਹ ਨਿਯੁਕਤ ਕਰ ਦਿੱਤਾ ਅੰਗਰੇਜ਼ਾਂ ਵੱਲੋਂ ਨਿਯੁਕਤ ਕਰ ਦਿੱਤਾ ਗਿਆ